ਪੰਜਾਬ ਦੇ ਵਿੱਚ ਚੀਕੂ ਹੁੰਦਾ ਕਿੰਨੇ ਪ੍ਰਕਾਰ ਦਾ ਹੁੰਦਾ ਤੇ ਇਹਨੂੰ ਤੋੜ ਕੇ ਪਕਾਉਣ ਦਾ ਸਮਾਂ ਹੁਣ ਜਿਹੜਾ ਸਮਾਂ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਸਿਮਰਨ ਸਿੰਘ ਤਨੋਆ ਨੇਚਰਲ ਫਾਰਮ ਤੋਂ ਬਾਈ ਜੀ ਅੱਜ ਆਪਾਂ ਗੱਲ ਕਰਾਂਗੇ ਚੀਕੂ ਬਾਰੇ ਅੱਜ ਆਪਾਂ ਗੱਲ ਕਰਾਂਗੇ ਜੀ ਚੀਕੂ ਬਾਰੇ ਚੀਕੂ ਪੰਜਾਬ ਦੇ ਵਿੱਚ ਤਕਰੀਬਨ ਦੋ ਕਿਸਮਾਂ ਜਿਹੜੀਆਂ ਕਾਮਨਲੀ ਚੱਲਦੀਆਂ ਨੇ ਕਾਲਾ ਪੱਤੀ ਤੇ ਜਿਹੜੀ ਅਗਲੀ ਹੈਗੀ ਹੈ ਜੀ ਉਹ ਕ੍ਰਿਕਟ ਬਾਲ ਇੱਕ ਲੰਬਾ ਚੀਕੂ ਥਾਈ ਚੀਕੂ ਵੀ ਆਉਂਦਾ ਪਰ ਉਹ ਦੀ ਸਕਸੈਸ ਰੇਟ ਬਹੁਤ ਘੱਟ ਆ ਜਿਹੜਾ ਕਾਮਨਲੀ ਚੱਲ ਰਿਹਾ ਪੰਜਾਬ ਦੇ ਵਿੱਚ ਉਹ ਕਾਲਾ ਪੱਤੀ ਤੇ ক্রিকেট ਬਾਲ ਜਾਂਦਾ ਰਿਹਾ ਜਿਹੜੇ ਬੂਟੇ ਕੋਲ ਅੱਜ ਆਪਾਂ ਖੜੇ ਆ ਜੀ ਇਹ ক্রিকেট ਬਾਲ ਆ ਜੀ ਇਹ ਕਾਲਾ ਪੱਤੀ ਆ ਬਾਈ ਜੀ ਕਾਲਾ ਪੱਤੀ ਦੇ ਹੁਣ ਤੁਸੀਂ ਸਾਈਜ਼ ਦੇਖ ਸਕਦੇ ਹੋ ਫਲ ਦਾ ਇਹ ਥੋੜਾ ਜਿਹਾ ਲੰਬਾ ਸਾਈਜ਼ ਹੁੰਦਾ ক্রিকেট ਬਾਲ ਦਾ ਗੋਲ ਸਾਈਜ਼ ਹੁੰਦਾ ਅੱਜ ਇਹਦੇ ਆਪਾਂ ਪਕਾਉਣ ਦੇ ਢੰਗ ਬਾਰੇ ਕਿਉਂਕਿ ਜਿਹੜਾ ਹੁਣ ਜੂਨ ਦਾ ਮਹੀਨਾ ਚੱਲ ਰਿਹਾ ਤੇ ਜੂਨ ਦੇ ਮਹੀਨੇ 'ਚ ਇਹਦਾ ਪੱਕਣ ਦਾ ਸਮਾਂ ਸ਼ੁਰੂ ਹੋ ਜਾਂਦਾ ਜੂਨ ਦੇ ਮਹੀਨੇ 'ਚ ਇਹਨੂੰ ਪਕਾ ਕੇ ਆਪਾਂ ਖਾ ਸਕਦੇ ਆ ਨਹੀਂ ਜੁਲਾਈ 'ਚ ਤਾਂ ਜਾ ਕੇ ਪੱਕਣਾ ਹੀ ਆ ਜੀ ਤੇ ਪਰ ਆਪਾਂ ਜੂਨ ਦੇ ਵਿੱਚੋਂ ਤੜਾਈ ਸ਼ੁਰੂ ਕਰਕੇ ਇਹਦੀ ਜੁਲਾਈ ਦੇ ਵਿੱਚ ਤੱਕ ਚਲਾ ਸਕਦੇ ਆ ਨਹੀਂ ਤਾਂ ਇੱਕੋ ਦਮ ਪੱਕਣ ਲੱਗ ਜਾਂਦੇ ਆ ਹੁਣ ਆਪਾਂ ਕੀ ਕਰਨਾ ਕੀ ਆ ਜੀ ਇਹਨੂੰ ਕੱਚੇ ਨੂੰ ਤੋੜ ਲੈਣਾ ਪਹਿਲਾਂ ਤੋੜ ਲੈਣਾ ਜਿੰਨਾ ਟਾਈਟ ਹੋਊਗਾ ਕੋਈ ਚੱਕਰ ਨਹੀਂ ਹੈਗਾ ਤੋੜ ਕੇ ਫਿਰ ਇਹਨੂੰ ਆਪਾਂ ਧੋ ਕੇ ਚੰਗੀ ਤਰ੍ਹਾਂ ਅਖਬਾਰ ਦੇ ਵਿੱਚ ਲਾ ਕੇ ਰੱਖਣਾ ਜੀ ਤੋੜਨ ਲਈ ਇੱਕ ਕੰਮ ਕਰਨਾ ਜ਼ਰੂਰੀ ਆ ਜੀ ਕੋਈ ਵੀ ਪੱਲੀ ਲੈ ਕੇ ਕੋਈ ਵੀ ਚੀਜ਼ ਲੈ ਕੇ ਥੱਲੇ ਵਿਛਾ ਲਈਏ ਜੀ ਖੱਲੇ ਲੈ ਕੇ ਖੜ ਜੀ ਉਹਨੂੰ ਤਾਨ ਕੇ ਖੜ ਜੀ ਉਹਦਾ ਕਾਰਨ ਇਹ ਆ ਵੀ ਜਦੋਂ ਚੀਕੂ ਡਿੱਗਦਾ ਟਾਈਟ ਹੁੰਦਾ ਤੇ ਇਹ ਫਟਣ ਦਾ ਕਾਰਨ ਬਣਦਾ ਜੀ ਤੇ ਆਜੋ ਆਪਾਂ ਹੁਣ ਚੀਕੂ ਤੋੜ ਕੇ ਤੁਹਾਨੂੰ ਦਿਖਾਈਏ ਜੀ ਵੀ ਆਪਾਂ ਕੋਈ ਵੀ ਕੁੰਡੀ ਲੈ ਕੇ ਇਹਨਾਂ ਜੀ ਇਹਨਾਂ ਨੂੰ ਹੁਣ ਤੋੜਨਾ ਸ਼ੁਰੂ ਕਰ ਲਈਏ ਜੀ ਤੇ ਜੇ ਦੋਸਤੋ ਆਪਾਂ ਨਾ ਕੁੰਡੀ ਨਹੀਂ ਲੈਂਦੇ ਤੇ ਫਿਰ ਇਹ ਤੋੜਨਾ ਬਹੁਤ ਔਖਾ ਕੁੰਡੀ ਦੇ ਨਾਲ ਤੋੜ ਕੇ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਤੋੜ ਲਓ ਜਿੰਨੇ ਕ ਤੋੜਨੇ ਆ ਹਾਂ ਇੱਕ ਕੰਮ ਕਰੋ ਜੀ ਜਿਵੇਂ ਆਪਾਂ ਨੇ ਹੁਣ ਪਰਸੋਂ ਚੌਥੇ ਨੂੰ ਇਹ ਪੱਕ ਜਾਣਗੇ ਤਾਂ ਜਿੰਨੇ ਕ ਆਪਾਂ ਖਾ ਸਕਦੇ ਆ 10 20 ਚੀਕੂ 30 ਚੀਕੂ ਲੈ ਕੇ ਆਪਾਂ ਤੋੜ ਕੇ ਰੱਖ ਲਓ ਤੇ ਉਹਨਾਂ ਨੂੰ ਅਖਬਾਰ ਚ ਲਵੇਟ ਕੇ ਪਕਾ ਲਓ ਪੱਕਣ ਨਾਲ ਕੀ ਹੁੰਦਾ ਜੀ ਜਦੋਂ ਪੱਕ ਗਿਆ ਉਦੋਂ ਖਾਣੀ ਸ਼ੁਰੂ ਕਰਦੋ ਤੇ ਉਦੋਂ ਬਾਅਦ ਫਿਰ ਹੋਰ ਤੋੜ ਲਓ ਹਰ ਰੋਜ਼ 5-7 ਕ ਚੀਕੂ 10 ਚੀਕੂ ਤੋੜ ਕੇ ਪਕਾਉਣੇ ਸ਼ੁਰੂ ਕਰਦੋ ਲਗਾਤਾਰ ਇਹ ਆਪਣੇ ਕੋਲ ਮਹੀਨਾ ਸਵਾ ਮਹੀਨਾ ਪੱਕਦੇ ਰਹਿਣਗੇ ਨਹੀਂ ਤਾਂ ਇੱਕੋ ਦਮ ਖਤਮ ਹੋ ਜਾਣਗੇ ਨਹੀਂ ਇੱਕ ਮਹੀਨਾ ਆਪਾਂ ਚੀਕੂ ਦੀ ਤੜਾਈ ਕਰਕੇ ਉਹਨੂੰ ਖਾ ਸਕਦੇ ਆ ਚੰਗੀ ਤਰ੍ਹਾਂ ਤੇ ਆ ਦੇਖੋ ਇਹਦੇ ਨੂੰ ਆ ਦੇਖੋ ভাই ਇਹ ਚੋਂ ਤੁਸੀਂ ਦੁੱਧ ਆ ਦੇਖੋ ਜੀ ਕਿੰਨਾ ਦੁੱਧ ਨਿਕਲਦਾ ਜੀ ਇਹ ਸਾਰਾ ਕੱਚੇ ਹੋਣ ਦੀ ਨਿਸ਼ਾਨੀਆਂ ਪਰ ਹਾਂ ਇਹਨੂੰ ਆਪਾਂ ਚੰਗੀ ਤਰ੍ਹਾਂ ਪਕਾ ਸਕਦੇ ਹਾਂ ਬਸ ਅਖਬਾਰ ਦੇ ਵਿੱਚ ਲਾ ਕੇ ਰੱਖਣਾ ਇਹਨੂੰ ਚੰਗੀ ਤਰ੍ਹਾਂ ਧੋ ਕੇ ਬਾਲਟੀ ਦੇ ਵਿੱਚ ਪਾ ਲੋ ਜੀ ਸਾਰਿਆਂ ਨੂੰ ਚੁੱਕ ਕੇ ਉਹਦੇ ਨਾਲ ਕੀ ਹੋਊਗਾ ਜੀ ਵੀ ਇਹਨਾਂ ਦਾ ਦੁੱਧ ਸਾਫ਼ ਹੋ ਜਾਊਗਾ ਬਿਲਕੁਲ ਤੇ ਆਪਾਂ ਇਹਨਾਂ ਨੂੰ ਸੁਕਾ ਲਾਂਗੇ ਸੁਕਾ ਕੇ ਫਿਰ ਆਪਾਂ ਨੇ ਇਹ ਇੱਕ ਅਖਬਾਰ ਦੇ ਵਿੱਚ ਟੋਕਰੀ ਦੇ ਵਿੱਚ ਰੱਖਣਾ ਖੁੱਲੇ ਭਾਂਡੇ ਦੇ ਵਿੱਚ ਚਾਹੇ ਉਹ ਟੋਕਰੀ ਆ ਤੁਸੀਂ ਇਦਾਂ ਕਰ ਸਕਦੇ ਹੋ ਵੀ ਹਰ ਰੋਜ਼ ਜਾਂ ਦੂਏ ਦਿਨ ਤਕਰੀਬਨ 10 ਕਿਚੂ ਤੋੜ ਲੇ 10 ਕਿਚੂ ਤੋੜਨ ਤੋਂ ਬਾਅਦ ਕੀ ਕੀਤਾ ਜੀ ਉਹਨਾਂ ਨੂੰ ਅਖਬਾਰ 'ਚ ਰੱਖ ਲਿਆ ਤੇ ਦੋ ਦੂਏ ਤੀਏ ਦਿਨ 10 ਕਿਚੂ ਫੇਰ ਤੋੜ ਲੇ ਫੇਰ ਉਹ ਅਖਬਾਰ 'ਚ ਰੱਖ ਲੇ ਜੀ ਐਂ ਲਗਾਤਾਰ ਤੁਸੀਂ 15-20 ਦਿਨ ਮਹੀਨਾ ਕਰ ਸਕਦੇ ਹੋ ਉਦੋਂ ਬਾਅਦ ਇਹ ਉੱਤੇ ਪੱਕਣ ਲੱਗ ਜਾਣਗੇ ਜੂਨ ਤੋਂ ਸ਼ੁਰੂ ਕਰ ਸਕਦੇ ਆ ਜੂਨ ਜੁਲਾਈ ਜਾ ਸਕਦੇ ਨੇ ਜੀ ਇਹ ਮਈ ਦੇ ਵਿੱਚ ਵੀ ਕਈ ਲੋਕ ਸ਼ੁਰੂ ਕਰ ਦਿੰਦੇ ਨੇ ਜਿਹੜੇ ਸਾਈਜ਼ ਹੁਣ ਤੁਸੀਂ ਆ ਦੇਖੋ ਸਾਈਜ਼ ਇਹਦਾ ਲਗਭਗ ਪੂਰਾ ਜਿਹੜਾ ਹੈ ਜੀ ਇਹ ਕਾਲਾ ਪੱਤੀ ਚੀਕੂ ਦਾ ਸਾਈਜ਼ ਕਿੱਡਾ-ਕੱਡਾ ਬਣ ਚੁੱਕਿਆ ਜੀ ਤੇ ਪੰਜਾਬ ਦੇ ਵਿੱਚ ਪੂਰਾ ਕਾਮਜਾਬਾ ਔਰ ਮਿਸ਼ਰੀ ਜਿੰਨਾ ਮਿੱਠਾ ਹੋ ਜਾਂਦਾ ਜੀ ਇਹ ਕਾ ਨੂੰ ਇਹਨੂੰ ਚੰਗੀ ਤਰ੍ਹਾਂ ਧੋ ਕੇ ਜੀ ਆ ਦੁੱਧ ਲੱਗਿਆ ਰਹਿ ਜਾਂਦਾ ਜੀ ਦੁੱਧ ਨਹੀਂ ਲੱਗਿਆ ਰਹਿਣਾ ਚਾਹੀਦਾ ਇਹ ਫਿਰ ਹੁੰਦਾ ਕੀ ਆ ਜੀ ਗਲਣਾ ਸ਼ੁਰੂ ਹੋ ਜਾਂਦਾ ਉੱਥੋਂ ਚੰਗੀ ਤਰ੍ਹਾਂ ਧੋਣੇ ਆ ਜੀ ਖੁੱਲੇ ਪਾਣੀ ਲੈ ਕੇ ਹਾਂਜੀ ਬਾਈ ਜੀ ਆਪਾਂ ਚੀਕੂ ਧੋ ਕੇ ਸੁੱਕਣੇ ਪਾਤੇ ਸੀ ਤਕਰੀਬਨ ਇਹਨਾਂ ਨੂੰ ਘੰਟਾ ਡੇਢ ਘੰਟਾ ਹੋ ਗਿਆ ਸੁੱਕ ਚੁੱਕੇ ਨੇ ਜੀ ਤਕਰੀਬਨ ਤੇ ਹਵਾ ਲੱਗ ਗਈ ਸੁਕਾਉਣਾ ਜ਼ਰੂਰੀ ਹੁੰਦਾ ਬਾਈ ਜੀ ਨਹੀਂ ਤਾਂ ਲਿਫਾਫੇ ਦੇ ਵਿੱਚ ਨਾ ਫਿਰ ਗਲਣ ਦੀ ਕੰਡੀਸ਼ਨ ਹੋ ਜਾਂਦੀ ਆ ਤੇ ਹੁਣ ਆਪਾਂ ਕੀ ਕਰਨਾ ਜੀ ਅਖਬਾਰ ਲੈਣਾ ਕੋਈ ਵੀ ਸਿੰਪਲ ਆਪਣੀਆਂ ਦੋ ਲੇਅਰ ਜਿਵੇਂ ਆ ਦੇਖੋ ਦੋ ਲੇਅਰ ਦੇ ਵਿੱਚ ਆਪਾਂ ਅਖਬਾਰ ਲੈ ਲਿਆ ਜੀ ਹੁਣ ਇਹਦੇ 'ਚ 10 ਕਿ ਚੀਕੂ ਇੱਕ ਅਖਬਾਰ ਦੇ ਵਿੱਚ ਰੱਖ ਕੇ ਇਹਨਾਂ ਨੂੰ ਰੱਖ ਦੇਣਾ ਜੀ ਆਪਾਂ ਜਿੰਨਾ ਕ ਆਪਾਂ ਨੂੰ ਜ਼ਰੂਰਤਾ ਦਾ 10 ਛਿਕੂਆਂ ਦੀ 15 ਦੀ ਜਿੰਨਾ ਕ ਆਪਾਂ ਨੂੰ ਜ਼ਰੂਰਤਾ ਜੀ ਇਹ ਇਕੱਠੇ ਕਰਨੇ ਆ ਬਸ ਐਜ਼ ਇਟ ਇਜ਼ ਇਹ ਕਿਸੇ ਹਵਾਦਾਰ ਟੋਕਰੀ ਦੇ ਵਿੱਚ ਰੱਖ ਦੇਣੇ ਜਿਵੇਂ ਹੁਣ ਆ ਆਪਣਾ ਟੋਕਰ ਆ ਜੀ ਇਹ ਆ ਲੋ ਜੀ ਆਪਾਂ ਮੁੱਦਾ ਮਾਰਤਾ ਇਦਾਂ ਰੱਖ ਦੇਣਾ ਹੁਣ ਇਹਨਾਂ ਨੂੰ 4 ਦਿਨਾਂ ਬਾਅਦ ਆਪਾਂ ਛੇੜਾਂਗੇ ਜੀ 4 ਦਿਨ ਬਾਅਦ ਲਗਭਗ ਇਹ ਪੱਕ ਚੁੱਕੇ ਹੋਣਗੇ ਜੀ ਤੇ ਫਿਰ ਇਹਨਾਂ ਨੂੰ ਆਪਾਂ ਖਾਣਯੋਗੇ ਹੋ ਜਾਣਗੇ ਜੀ ਨਰਮ ਹੋ ਜਾਣਗੇ ਦੂਜੇ ਤੀਜੇ ਦਿਨ ਤੋਂ ਤੁਸੀਂ ਦੇਖ ਸਕਦੇ ਹੋ ਜਿਹੜਾ ਪਹਿਲਾਂ ਹੀ ਥੋੜਾ ਜਿਹਾ ਪੱਕਾ ਹੁੰਦਾ ਨਾ ਉਹ ਜਲਦੀ ਪੱਕ ਜਾਂਦਾ ਜੀ ਦੂਜੇ ਤੀਜੇ ਦਿਨ ਤੋਂ ਦੇਖਣ ਲੱਗ ਜਾਓ ਆਪਾਂ ਨੂੰ ਜਿਹੜਾ ਨਰਮ ਲੱਗਦਾ ਉਹ ਖਾ ਲਓ ਚੀਕੂ ਦਾ ਟੇਸ ਇੰਨਾ ਵਧੀਆ ਜੀ ਆਪਣੇ ਪੰਜਾਬ ਦੇ ਵਿੱਚ ਇੰਨਾ ਮਿੱਠਾ ਤੇ ਹੁਣ ਗਰਮੀਆਂ ਦਾ ਸੀਜ਼ਨ ਆ ਤੁਸੀਂ ਚੀਕੂ ਦਾ ਸ਼ੇਕ ਬਣਾ ਕੇ ਦੁੱਧ ਦੇ ਵਿੱਚ ਪਾ ਕੇ ਮਿਲਕ ਸ਼ੇਕ ਤੇ ਉਦਾਂ ਵੀ ਵਰਤ ਸਕਦੇ ਹੋ ਤੇ ਇਹਨੂੰ ਖਾ ਵੀ ਸਕਦੇ ਹੋ ਬਹੁਤ ਵਧੀਆ ਬਣਦਾ ਜੀ ਟੇਸਟ ਤੇ ਐਦਾਂ ਹੀ ਬਸ ਇਹਨੂੰ ਸਾਰੇ ਅਖਬਾਰ ਨੂੰ ਤੁਸੀਂ ਇਕੱਠਾ ਕਰਕੇ ਬੰਦ ਕਰ ਦੇਣਾ ਜੀ ਆ ਲੋ ਜੀ ਬਸ ਹੋਰ ਕੁਝ ਨਹੀਂ ਕਰਨਾ ਜੀ ਇਹਨੂੰ ਇਹਦੇ ਚ ਮੁੱਦਾ ਮਾਰ ਦੇਣਾ ਜੀ ਬਾਦ ਜੀ ਹਾਂਜੀ ਦੋਸਤੋ ਆਪਾਂ ਉਸ ਦਿਨ ਇਹ ਚੀਕੂ ਆਪਾਂ ਰੱਖੇ ਸੀ ਟੋਕਰੇ ਚ ਸੁਕਾ ਕੇ ਤੇ ਬਾਅਦ ਚੋ ਅਖਬਾਰ ਦੇ ਵਿੱਚ ਲਾਤੇ ਸੀ ਆਪਾਂ ਤੇ ਅੱਜ ਤੀਜੇ ਦਿਨ ਆਪਾਂ ਖੋਲਣ ਜਾ ਰਹੇ ਹਾਂ ਹੁਣ ਤੁਸੀਂ ਚੀਕੂ ਦੇਖ ਸਕਦੇ ਹੋ ਲਓ ਜੀ ਚੀਕੂ ਬਿਲਕੁਲ ਪੱਕ ਚੁੱਕੇ ਨੇ ਆ ਦੇਖੋ ਜੀ ਲਓ ਜੀ ਲੋਜੀ ਇਹ ਸਾਰੇ ਚੀਕੂ ਹੁਣ ਪੱਕ ਚੁੱਕੇ ਆ ਇਹਨਾਂ ਤੋਂ ਆਪਾਂ ਚੀਕੂ ਦਾ ਸ਼ੇਕ ਦੁੱਧ ਪਾ ਕੇ ਥੋੜੀ ਜਿਹੀ ਇਲਾਇਚੀ ਪਾ ਕੇ ਇਹਨੂੰ ਸ਼ੇਕ ਬਣਾ ਕੇ ਵੀ ਪੀ ਸਕਦੇ ਆ ਜੇ ਚੀਕੂ ਖਾਣਿਆ ਤੇ ਖਾਣ ਨੂੰ ਬਹੁਤ ਮਿੱਠਾ ਚੀਕੂ ਆ ਜੀ ਜਿਹੜਾ ਪੰਜਾਬ ਦੇ ਵਿੱਚ ਇਸ ਮਹੀਨੇ ਚ ਚੀਕੂ ਆਉਂਦਾ ਹੋਰ ਪੂਰੇ ਵਾਲੇ ਵਾਲੇ ਹਿੰਦੁਸਤਾਨ ਚੋਂ ਕਿਤੋਂ ਚੀਕੂ ਨਹੀਂ ਆਉਂਦਾ ਕਿਉਂਕਿ ਇਹਦਾ ਸੀਜ਼ਨ ਆ ਜਿਹੜਾ ਉਹ ਦਸੰਬਰ ਜਨਵਰੀ ਆ ਜੇ ਗੁਜਰਾਤ ਦੀ ਗੱਲ ਕਰੀਏ ਤੇ ਆਪਾਂ ਜੁਲਾਈ ਮਹੀਨੇ ਦੇ ਵਿੱਚ ਜੂਨ ਜਰਾਈ ਤੇ ਮਈ ਤਿੰਨ ਮਹੀਨਿਆਂ ਚ ਆਪਾਂ ਇਹਨਾਂ ਨੂੰ ਖਾ ਸਕਦੇ ਆ ਇਹ ਤੁਹਾਡੇ ਸਾਹਮਣੇ ਹੁਣ ਦੇਖੋ ਜੀ ਕਿੰਨੇ ਵਧੀਆ ਚਿਕੂ ਪੱਕ ਚੁੱਕੇ ਨੇ ਪੱਕ ਕੇ ਤਿਆਰ ਨੇ ਧੰਨਵਾਦ ਜੀ